ਸਤਿ ਸ਼੍ਰੀ ਅਕਾਲ ਜੀ, ਵਾਇਸ ਆਫ ਪੰਜਾਬ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਹੁੰਚੇ ਡੇਰਾਬਸੀ ਤੋਂ MLA NK ਸ਼ਰਮਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। BSF ਦਾ ਅਧਿਕਾਰ ਖੇਤਰ ਵਧਾਉਣ ਤੇ CM ਚੰਨੀ ਦੀ ਭੂਮਿਕਾ ਬਾਰੇ ਉਹਨਾਂ ਨੇ ਸਵਾਲ ਚੁੱਕੇ ਨੇ ਤੇ ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਵੀ ਨਿਸ਼ਾਨੇ ਸਾਧੇ ਨੇ। ਕੀ ਕਿਹਾ ਹੈ NK ਸ਼ਰਮਾ ਨੇ, ਆਓ ਦੇਖਦੇ ਹਾਂ। ਕਰੇਂਗੇ ਸੋ ਇਹ ਸਰਕਾਰ ਹਰ ਫਰੰਟ ਪੇ ਫੇਲ ਹੋਇਆ। BSF ਵਾਲਾ ਮੁੱਦਾ ਹੈ, ਆਦੇ ਪੰਜਾਬ ਕੋ ਆਪ ਦੇਖੋ ਚੰਨੀ ਜੀ ਦਿੱਲੀ ਕੇ ਹਵਾਲੇ ਕਰਕੇ ਆ ਗਏ ਔਰ ਡਰਾਮਾ ਕਿਆ ਕਰ ਰਹੇ ਹੈ ਵਿਧਾਨ ਸਭਾ ਮੇ, ਰੈਜੂਲੇਸ਼ਨ ਲੈ ਕੇ ਆ ਰਹੇ ਉਹਨਾਂ ਨੇ ਰੱਦੀ ਕੀ ਟੋਕਰੀ ਮੇ ਗਿਰ ਦੇਣਾ ਉਸਕੋ। ਕੋਈ ਐਕਟ ਬਣਾਏਗੀ ਹਮਾਰੇ ਫੈਡਰਲ ਸਿਸਟਮ ਪੇ ਅਟੈਕ ਹੈ, ਹਮ ਕਾਨੂੰਨ ਬਣਾ ਸਕਦੇ ਹੈ ਕਿ ਪੰਜਾਬ ਮੇ ਪੰਜਾਬ ਪੁਲਿਸ ਕੇ ਇਲਾਵਾ ਕੋਈ ਔਰ ਦਖਲਅੰਦਾਜ਼ੀ ਨਹੀਂ ਕਰ ਸਕਦਾ, ਇਹ ਤੋ ਸਿੱਧਾ ਉਨਕੇ ਹਵਾਲੇ ਕਰ ਦਿਆ। ਜੈਸੇ ਅਮਰਿੰਦਰ ਸਿੰਘ ਜੀ ਨੇ ਪਹਿਲੇ ਡਰਾਮਾ ਕੀਆ ਥਾ, ਤੀਨ ਕਾਲੇ ਕਾਨੂੰਨੋਂ ਪੇ ਉਨ੍ਹੀਂ ਮੇ ਅਮੈਂਡਮੈਂਟ ਕਰ ਦੀ ਥੀ, ਵੋ ਰਾਜਪਾਲ ਜੀ ਕੇ ਪਾਸ ਪੇ ਹੈ ਜਿਸਕੀ ਪਾਵਰ ਹੀ ਨਹੀਂ। ਹਮਨੇ ਭੇਜਾ ਥਾ ਕਿ ਉਸਕੋ ਜੋ ਕਾਲਾ ਕਾਨੂੰਨ ਹੈ ਉਨਕਾ ਪੂਰੇ ਪੰਜਾਬ ਕੋ ਇੱਕ ਮੰਡੀ ਡਿਕਲੇਅਰ ਕਰ ਦਿਓ, ਹਮਨੇ ਲਿਗਲੀ ਕਹਾ ਥਾ। ਫਿਰ ਹਮਨੇ ਕਹਾ ਥਾ ਕਿ ਇਸਕੋ ਪਾਸ ਕਰਨੇ ਸੇ ਪਹਿਲੇ ਕਿਸਾਨੋਂ ਕੇ ਸਾਥ ਡਿਸਕਸ ਕਰ ਲੇ, ਕਭੀ ਨਹੀਂ ਕੀਆ। ਸੇਮ ਡਰਾਮਾ ਇਸ ਵਿਧਾਨ ਸਭਾ ਮੇ ਹੋ ਰਹਾ, ਆਪ ਦੇਖੋ ਕਿ ਪੰਜਾਬ ਕੇ ਇਤਿਹਾਸ ਮੇ ਪਹਿਲੀ ਵਾਰੀ ਹੈ ਕਿ ਏਕ ਏਕ ਦਿਨ ਕਾ ਸੈਸ਼ਨ ਹੋ ਰਹਾ ਔਰ ਕਾਂਗਰਸ ਕਾ ਜੋ ਪ੍ਰਧਾਨ ਹੈ ਵੋ ਕਿਸੀ ਤਰਫ ਹੈ, ਕਾਂਗਰਸ ਕਾ CM ਕਿਸੀ ਤਰਫ ਹੈ, ਸਿੱਧੂ ਔਰ ਚੰਨੀ ਕੀ ਬਾਲ ਪਟਾਈ ਹੋ ਰਹੀ ਹੈ, ਪਹਿਲੇ ਸਿੱਧੂ ਔਰ ਅਮਰਿੰਦਰ ਸਿੰਘ ਕੀ ਬਾਲ ਪਟਾਈ ਹੋ ਰਹੀ ਹੈ। ਸੋ ਇਹ ਡਰਾਮੇ ਚੱਲ ਰਹੇ ਆ, ਪੰਜਾਬ ਕੋ ਬਰਬਾਦ ਕਰ ਦਿਆ। ਪਹਿਲੇ ਕਰੋਨਾ ਮੇ ਦੁਨੀਆ ਮਰੀ, ਡੇਂਗੂ ਮੇ ਦੁਨੀਆ ਮਰੀ, DAP ਕੀ ਜੋ ਕਿਤਨੀ ਬੜੀ ਕਮੀ ਕਿੱਲਤ ਪੰਜਾਬ ਮੇ ਹੈ, ਕਿਸਾਨ ਆਪਣੀ ਕਣਕ ਕੀ ਫਸਲ ਨਹੀਂ ਬੀਜ ਸਕ ਰਹੇ, ਵਹਾਂ ਪੇ ਪ੍ਰੋਬਲਮ ਬਹੁਤ ਬੜੀ ਹੈ। ਜੀਰੀ ਮਾਰਕੀਟ ਨੂੰ ਉਠਾਈ ਨਹੀਂ ਜਾ ਰਹੀ, ਤਹਿਸੀਲੋਂ ਮੇ ਲੱਖ ਲੱਖ ਰੁਪਇਆ ਰਜਿਸਟਰੀ ਕਾ ਲਿਆ ਜਾ ਰਿਹਾ, ਕਿਤਨਾ ਬੜੀ ਕਰਪਸ਼ਨ ਹੈ। ਰੇਤਾ ਬਜਰੀ ਹਮਾਰੇ ਕੁਦਰਤੀ ਸਰੋਤ ਜੋ ਹੈ ਉਹਨੂੰ ਇਹਨਾਂ ਨੇ ਪੱਟ ਕੇ ਖਾ ਲਈ ਹੈ, ਦਵਾਈ ਕੇ ਕਿਤਨੇ ਬੜੇ ਘੁਟਾਲੇ ਹੋਏ ਹੈ, ਕਿੱਟ ਘੁਟਾਲੇ ਹੋਏ ਹੈ, ਜ਼ਮੀਨੇ ਮੋਹਾਲੀ ਪੇ ਸਿਆਮ ਬਲੌਂਗੀ ਮੇ ਕਿਤਨੀ ਏਰੀਏ ਮੇ ਜ਼ਮੀਨੋਂ ਪੇ ਕਬਜ਼ੇ ਹੋਏ ਹੈ। ਸੋ ਕਿਤਨੇ ਮਸਲੇ ਡਿਸਕਸ ਹੋਣੇ ਵਾਲੇ ਥੇ, ਇਸੀ ਲਈ ਇਹ ਸਰਕਾਰ ਭਾਗ ਰਹੀ ਹੈ, ਸਿਰਫ ਇੱਕ ਦਿਨ ਕਾ 11 ਤਰੀਕ ਕਾ ਟਾਈਮ ਇਹਨਾਂ ਨੇ ਰੱਖਾ ਹੈ। ਸੋ ਹਮ ਸਪੀਕਰ ਸਾਹਿਬ ਕੋ ਅੱਜ ਰਿਕੁਐਸਟ ਵੀ ਕਰੇਂਗੇ ਕਿ ਇਸਕੋ 15 ਦਿਨ ਕੇ ਲਈ ਐਕਸਟੈਂਡ ਕੀਆ ਜਾਏ ਔਰ ਸਰਕਾਰ ਕੋ ਹਰ ਮੁੱਦੇ ਪੇ ਘੇਰੇਂਗੇ ਤਾਂ ਕਿ ਸਰਕਾਰ ਜਵਾਬ ਦੇ। ਤਿਆਰੀ ਨਹੀਂ ਕਰ ਸਕੀ ਸਰਕਾਰ ਕੋ, ਪਹਿਲੇ ਸੇ ਪਤਾ ਥਾ ਕਿ 8 ਨਵੰਬਰ ਕੋ ਸਰਕਾਰ ਤਿਆਰੀ ਨਹੀਂ ਹੋ ਪਾਈ। ਸਰਕਾਰ ਨੂੰ ਐਕਚੁਅਲੀ ਪਤਾ ਕਿ ਸਰਕਾਰ ਨੂੰ ਸਵਾਏ ਕਮੇਡੀ ਸ਼ੋਅ ਦੇ ਕੁਛ ਵੀ ਨਹੀਂ ਪਤਾ, ਸਿਰਫ ਡਰਾਮੇ ਕਰ ਰਹੇ ਆ, ਕਦੀ ਸੜਕਾਂ ਤੇ ਕਦੇ ਰਸਤਿਆਂ 'ਚ ਰੁਕ ਕੇ ਕਦੇ ਕੁਛ ਆ। ਸਰਕਾਰ ਨਾਲ ਦੀ ਤਾਂ ਕੋਈ ਚੀਜ਼ ਹੀ ਨਹੀਂ, ਨਾ ਸਰਕਾਰ ਪੰਜਾਬ 'ਚ ਚੱਲ ਰਹੀ ਆ, ਨਾ ਇਹਨਾਂ ਦੀ ਚਲਾਉਣ ਦੀ ਕੋਸ਼ਿਸ਼ ਆ। ਲੋਕਾਂ ਨੂੰ ਲੋਲੀਪੋਪ ਦੇ ਰਹੇ ਆ ਜਿਸ ਤਰ੍ਹਾਂ ਭੱਠਲ ਜੀ ਨੇ ਦਿੱਤੇ ਸੀਗੇ ਉਸ ਟਾਈਮ, ਤੇ 15 ਸਿੱਟਾਂ ਆਈਆਂ ਸੀ, ਇਸ ਵਾਰ ਤਾਂ ਇਹਨਾਂ ਦੀ 10 ਵੀ ਨਹੀਂ ਆਣੀਆਂ। ਇੱਕ ਮਨੀਸ਼ ਤਿਵਾਰੀ ਨੇ ਟਵੀਟ ਕੀਤਾ ਹੈ, ਉਹ ਕਹਿ ਰਹੇ ਨੇ ਕਿ BSF ਦੇ ਮਸਲੇ ਤੇ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਜਾਣਾ ਚਾਹੀਦਾ। ਪੰਜਾਬ ਸਰਕਾਰ ਤਾਂ ਡਰਾਮੇ ਕਰ ਰਹੀ ਆ, ਚੰਨੀ ਜੀ ਖੁਦ ਉੱਥੇ ਕੰਸੈਂਟ ਦੇ ਕੇ ਆਏ ਆ ਦਿੱਲੀ 'ਚ, ਅੱਜ ਐਕਟ ਕਿਉਂ ਨਹੀਂ ਲੈ ਕੇ ਜਾ ਰਹੇ? ਸਾਡਾ ਕਾਨੂੰਨ ਆ, ਸਾਡਾ ਫੰਡਾਮੈਂਟਲ ਰਾਈਟਸ ਆ, ਫੈਡਰਲ ਸਿਸਟਮ ਤੇ ਅਟੈਕ ਹੋ ਰਿਹਾ ਹੈਗਾ, ਪਰ ਇਹ ਰੈਜੂਲੇਸ਼ਨ ਲੈ ਕੇ ਆ ਰਹੇ, ਉਹਨਾਂ ਨੇ ਚੱਕ ਕੇ ਰੱਦੀ ਦੀ ਟੋਕਰੀ 'ਚ ਗੇਰ ਦੇਣਾ ਹੈਗਾ। ਪੰਜਾਬ ਗਵਰਨਮੈਂਟ ਪਿਛਲੇ 5 ਸਾਲਾਂ 'ਚ ਪੰਜਾਬ ਦੇ ਰਾਈਟਸ ਪ੍ਰੋਟੈਕਟ ਕਰਨ 'ਚ ਬੁਰੀ ਤਰ੍ਹਾਂ ਫੇਲ ਹੋਈ ਆ, ਨਾ ਕੋਈ ਨੀਅਤ ਆ, ਨਾ ਨੀਤੀਆਂ, ਨਾ ਪਾਲਿਸੀਆਂ, ਸਿਰਫ ਇੱਕੋ ਠੋਕੋ ਤਾਲੀ ਆ। ਤੇ ਪਹਿਲਾਂ ਅਮਰਿੰਦਰ ਸਿੰਘ ਜੀ ਦੋਨੋਂ ਹੀ ਲੜਦੇ ਰਹੇ, ਹੁਣ ਚੰਨੀ ਤੇ ਉਹ ਲੜ ਰਹੇ ਆ, ਸਿਰੇ ਦੇ ਕਰਪਟਾਂ, ਤਹਿਸੀਲਾਂ 'ਚ ਕਰਪਸ਼ਨ ਹੋ ਰਹੀ ਆ, ਥਾਣਿਆਂ 'ਚ ਕਰਪਸ਼ਨ ਹੋ ਰਹੀ ਆ, ਨਾ ਕਰੋਨਾ ਨੂੰ ਠੀਕ ਢੰਗ ਨਾਲ ਹੈਂਡਲ ਕਰ ਸਕੇ, ਉੱਥੇ ਕਿੱਟਾਂ ਵੇਚ ਕੇ ਕਮਾਈ ਕਰਦੇ ਰਹੇ, ਅੱਜ ਡੇਂਗੂ ਨਾਲ ਦੁਨੀਆ ਮਰ ਰਹੀ ਆ, ਉਹਦੇ ਤੇ ਕੋਈ ਪੈਰਾਸੀਟਾਮੋਲ ਦੱਸੋ, ਇੱਕ ਬੇਸਿਕ ਟੇਬਲੇਟ ਹੁੰਦੀ ਆ, ਪੰਜਾਬ ਦੇ ਡਿਸਪੈਂਸਰੀਆਂ 'ਚ ਪੈਰਾਸੀਟਾਮੋਲ ਦੀ ਗੋਲੀ ਤੱਕ ਨਹੀਂ ਹੈਗੀ, ਲੋਕ ਮਰਨ ਵਾਸਤੇ ਮਜਬੂਰ ਹੋ ਰਹੇ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਸ਼ਰਮਾ ਜੀ, ਇਹ ਦੱਸੋ ਕਿ ਜਿਹੜੇ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਹੈ, ਥੋੜ੍ਹੀ ਦੇਰ ਪਹਿਲਾਂ ਕੁਲਤਾਰ ਸੰਧਵਾ ਹੋਰੀ ਕਹਿ ਰਹੇ ਸੀ ਕਿ ਇਸਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਕੇਂਦਰ ਨੇ ਲਿਆਂਦੇ ਨੇ ਤੇ ਪੰਜਾਬ ਇਸ ਨੂੰ ਰੱਦ ਨਹੀਂ ਕਰ ਸਕਦਾ। ਤੁਸੀਂ ਦੇਖੋ ਨਾ, ਬਿੱਲੀ ਥੈਲੇ ਤੋਂ ਬਾਹਰ ਆ ਗਈ, ਜਦੋਂ ਪਿਛਲੀ ਵਾਰੀ 3 ਕਾਲੇ ਕਾਨੂੰਨ ਆਏ, ਅਸੀਂ ਰਿਕੁਐਸਟ ਕਰੀ ਸੀਗੀ ਵੀ ਆਪਾਂ ਪੂਰੇ ਪੰਜਾਬ ਨੂੰ ਇੱਕ ਮਾਰਕੀਟ ਮੰਡੀ ਡਿਕਲੇਅਰ ਕਰਦੇ, ਉਹ ਐਕਟ ਜਿਹੜਾ ਲਾਗੂ ਹੀ ਨਹੀਂ ਹੋਣਾ ਸੀਗਾ, ਪਰ ਇਹਨਾਂ ਨੇ ਉਹੀ 3 ਕਾਲੇ ਕਾਨੂੰਨਾਂ 'ਚ ਅਮੈਂਡਮੈਂਟ ਕਰਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ। ਉਸ ਟਾਈਮ ਅਸੀਂ ਕਰੇ ਕਿਹਾ ਸੀਗਾ ਕਿ ਵਿਧਾਨ ਸਭਾ 'ਚ ਪਾਸ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ 1 ਦਿਨ ਦਾ ਟਾਈਮ ਲੈ ਲਿਓ, ਆਪਾਂ ਕਿਸਾਨਾਂ ਨਾਲ ਡਿਸਕਸ ਕਰਕੇ ਉਹਨਾਂ ਦੀਆਂ ਜੋ ਜੋ ਜ਼ਰੂਰਤਾਂ ਹੈਗੀਆਂ ਉਹ ਪੂਰੀਆਂ ਕਰ ਲਈਏ। ਉਸ ਟਾਈਮ ਨਹੀਂ ਕਰੇ, ਅੱਜ 5 ਸਾਲ ਹੋ ਗਏ, 1.5 ਸਾਲ ਹੋ ਗਏ ਕਿਸਾਨ ਬਾਰਡਰ 'ਤੇ ਬੈਠੇ ਹਾਂ। ਤੁਸੀਂ ਦੇਖੋ ਨਾ, ਚਾਹੀਦਾ ਕੀ ਹੈ ਸਰਕਾਰ ਨੂੰ, ਚਾਹੀਦਾ ਕੀ ਹੈ? ਤੁਸੀਂ, ਮੈਂ ਸਰਕਾਰ ਦੀ ਮਨਸਾ ਦੀ ਗੱਲ ਕਰ ਰਿਹਾ, ਜਿਹੜੇ 800 ਕਿਸਾਨ ਮਰ ਗਏ, ਜਿਹੜਾ ਕਾਨੂੰਨ ਇਹ ਅੱਜ ਲੈ ਕੇ ਆ ਰਹੇ ਆ, ਅਜੇ ਤਾਂ ਮੈਨੂੰ ਪਤਾ ਨਹੀਂ ਕਿਹੜਾ ਡਰਾਮਾ ਕਰਨਗੇ, ਨਵਾਂ ਹੈ, ਕਰ ਤਾਂ ਡਰਾਮਾ ਹੀ ਰਹੇ ਆ ਤੇ ਪਤਾ ਨਹੀਂ ਕਿਹੜਾ ਡਰਾਮਾ ਕਰਨਗੇ, ਜਿਹੜਾ ਅੱਜ ਕਰ ਰਹੇ ਆ। ਤੇ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਕੋਲ ਵਿਧਾਇਕ ਨਹੀਂ ਸੀਗੇ,
ਇਹਨਾਂ ਦਾ ਚੀਫ ਮਿਨਿਸਟਰ ਸੀ ਨਹੀਂ ਸੀਗਾ ਕਾਂਗਰਸ ਦਾ। ਜੇ ਤੁਸੀਂ ਅੱਜ ਕਾਨੂੰਨ ਠੀਕ ਕਰਕੇ ਲਿਆ ਰਹੇ ਆ, ਜਿਹੜਾ ਡੇਢ ਸਾਲ 'ਚ ਪੰਜਾਬ ਦਾ ਨੁਕਸਾਨ ਹੋਇਆ ਉਹਦਾ ਜ਼ਿੰਮੇਵਾਰ ਕੌਣ ਹੈਗਾ? 90,000 ਕਰੋੜ ਰੁਪਇਆ ਤੁਸੀਂ ਕਰਜ਼ਾ ਮਾਫ਼ੀ ਡਿਕਲੇਅਰ ਕਰਵਾ ਕੇ ਹਜ਼ਾਰਾਂ ਕਿਸਾਨਾਂ ਨੂੰ ਮਰਨ ਵਾਸਤੇ ਮਜਬੂਰ ਕਰਦੇ ਆ, ਉਹਦਾ ਜ਼ਿੰਮੇਵਾਰ ਕੌਣ ਆ? ਕਾਂਗਰਸ ਦੀ ਸਰਕਾਰ ਹੈਗੀ। ਸੋ ਘਰ ਘਰ ਨੌਕਰੀ ਦੀ ਗੱਲ ਕਰਕੇ ਬੇਰੁਜ਼ਗਾਰ ਜਿਹੜੇ ਦੁਨੀਆ ਭਰ ਦੇ ਪੰਜਾਬ 'ਚ ਹੋ ਗਏ, ਕੌਣ ਜ਼ਿੰਮੇਵਾਰ ਆਪਦਾ? ਇਹ ਜ਼ਿੰਮੇਵਾਰ ਆ। ਸੋ ਇਹ ਸਿਰਫ ਕਮੇਡੀ ਸ਼ੋਅ ਚੱਲ ਰਿਹਾ ਹੈਗਾ। ਅੱਜ BSF ਤੇ ਵੀ ਕਮੇਡੀ ਹੋਣੀ ਆ, ਤਿੰਨ ਕਾਲੇ ਕਾਨੂੰਨਾਂ ਤੇ ਵੀ ਕਮੇਡੀ ਹੋਈ। ਅੱਛਾ, ਹਰਪਾਲ ਚੀਮਾ ਹੋਰੀ ਕਹਿ ਰਹੇ, ਕਹਿੰਦੇ ਕਿ ਜੇ ਕੇਜਰੀਵਾਲ ਦੀ ਸਰਕਾਰ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਅਸੀਂ ਵੈਟ ਪੈਟਰੋਲ ਡੀਜ਼ਲ ਤੋਂ ਖਤਮ ਕਰ ਦਾਂਗੇ। ਡਰਾਮੇਬਾਜ਼ ਬੰਦੇ ਆ। ਦਿੱਲੀ 'ਚ, ਹਿੰਦੁਸਤਾਨ 'ਚ ਸਭ ਤੋਂ ਮਹਿੰਗਾ ਪੈਟਰੋਲ ਤੇ ਡੀਜ਼ਲ ਦਿੱਲੀ 'ਚ ਆ। ਪਹਿਲਾਂ ਦਿੱਲੀ 'ਚ ਪੂਰਾ ਵੈਟ ਤਾਂ ਖਤਮ ਕਰੋ, ਪੂਰੇ ਦੇਸ਼ 'ਚ ਤੁਹਾਡੇ ਕੋਲ ਇੱਕ ਸਰਕਾਰ ਆ ਨਾ, ਉਹਨੂੰ ਮਾਡਲ ਤਾਂ ਬਣਾਓ। ਪੂਰੇ ਦਿੱਲੀ 'ਚ ਪਹਿਲਾਂ ਵੈਟ ਟੋਟਲ ਖਤਮ ਕਰਕੇ ਫਿਰ ਪੰਜਾਬ ਦੇ ਅੰਦਰ ਗੱਲ ਕਰੋ। ਸੋ ਦੇਖੋ ਡਰਾਮੇ ਕਿੰਨੇ ਕਰਦੇ ਆ, ਕਹਿੰਦੇ 300 ਯੂਨਿਟ ਮਾਫ਼ ਕਰ ਦਾਂਗੇ। ਮੈਂ ਕਿਹਾ ਦਿੱਲੀ 'ਚ ਇੱਕ ਬਿੱਲ ਦਿਖਾਓ ਆਮ ਬੰਦੇ ਦਾ ਜਿਹਦੇ 300 ਯੂਨਿਟ ਮਾਫ਼ ਹੋਏ ਹੋਣ, ਚੱਕ ਕੇ ਦਿੱਲੀ ਦੰਗਾ ਪੀੜਤਾਂ ਦਾ ਟਵੀਟ ਕਰਤਾ। ਇੱਕ ਵੀ ਬਿੱਲ ਦਿੱਲੀ 'ਚ ਆਮ ਆਦਮੀ ਦਾ 300 ਯੂਨਿਟ ਮਾਫ਼ ਨਹੀਂ ਹੈ। ਫਿਰ ਕਹਿੰਦੇ ਬੇਰੁਜ਼ਗਾਰੀਆਂ ਨੂੰ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ। ਮੈਂ ਕਿਹਾ ਦਿੱਲੀ 'ਚ ਇੱਕ ਦਿਖਾਓ ਜਿਹਨੂੰ ਦਿਆ ਹੋਏ, ਉਸ ਤੋਂ ਭੱਜ ਗਏ। ਸੋ ਇਹ ਡਰਾਮੇ ਕਰਦੇ ਆ, ਕੁਛ ਵੀ ਨਹੀਂ। ਇਹਨਾਂ ਨੇ ਸਹੁੰ ਖਾਈ ਹੋਈ ਆ ਵੀ ਜਿੰਨਾ ਰੱਜ ਕੇ ਝੂਠ ਬੋਲੋ ਤੇ ਲੋਕ ਉਹਨੂੰ ਅਡਾਪਟ ਕਰ ਲੈਣਗੇ। ਇਸ ਤਰ੍ਹਾਂ ਨਹੀਂ ਹੁੰਦਾ। ਅੱਜ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਅੰਦਰ ਦਿੱਤੀ ਜਾ ਰਹੀ ਆ, ਔਰ ਦੂਜੇ ਪਾਸੇ ਦੋ ਦਿਨ ਨੇ ਅੱਜ ਖਤਮ ਕਰ ਦੇਣਾ ਸੀਗਾ ਸਾਰਾ ਕੁਛ ਅੱਜ ਹੀ। ਇਹਨਾਂ ਦੀ ਤਿਆਰੀ ਨਹੀਂ ਤੇ ਲੋਕਾਂ ਦੀ ਹੁਣ ਵਿਧਾਇਕ ਕਿੱਥੇ ਸੁਣਵਾਈ ਕਰ ਸਕਦਾ ਕਿ ਇੱਥੇ ਹੀ ਅਸੀਂ ਕੁਐਸਚਨ ਲਾ ਸਕਦੇ ਹਾਂ ਨਾ? ਸਾਨੂੰ ਤਾਂ ਬੋਲਣ ਦਾ, ਮੁੱਦੇ ਚੱਕਣ ਦਾ ਮੌਕਾ ਹੀ ਨਹੀਂ ਦਿਆ ਜਾਂਦਾ। ਅਸੀਂ ਸਰਕਾਰ ਨੂੰ ਅੰਦਰ ਵੀ ਘੇਰਾਂਗੇ, ਬਾਹਰ ਵੀ ਘੇਰਾਂਗੇ। ਵਿਧਾਨ ਸਭਾ ਸੈਸ਼ਨ ਦੌਰਾਨ ਪਹੁੰਚੇ NK ਸ਼ਰਮਾ ਨੇ ਨਵਜੋਤ ਸਿੰਘ ਸਿੱਧੂ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਹੇ ਵਿਵਾਦਾਂ ਦਾ ਜ਼ਿਕਰ ਕੀਤਾ। ਉਹਨਾਂ DAP ਦੀ ਕਿੱਲਤ ਅਤੇ ਹੋਰ ਮੁੱਦਿਆਂ ਤੇ ਪੰਜਾਬ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁੱਦਿਆਂ ਤੋਂ ਭੱਜ ਰਹੀ ਹੈ, ਪੰਜਾਬ ਸਰਕਾਰ ਕਮੇਡੀ ਸ਼ੋਅ ਅਤੇ ਡਰਾਮੇ ਕਰ ਰਹੀ ਹੈ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਵਿਧਾਨ ਸਭਾ ਇਜਲਾਸ ਨੂੰ? ਕੀ ਇਹ ਵਿਧਾਨ ਸਭਾ ਇਜਲਾਸ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰ ਸਕੇਗਾ? ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਦੇਸ਼ ਦੁਨੀਆ ਦੀਆਂ ਤਮਾਮ ਖਬਰਾਂ ਲਈ ਬਣੇ ਰਹੋ ਵੌਇਸ ਆਫ਼ ਪੰਜਾਬ TV ਦੇ ਨਾਲ।